ਸੱਤ ਵਾਲੀ ਸ਼ਟਰਿੰਗ ਦਾ ਕੰਮ ਕਰਦੇ ਹਾਂ ਅਤੇ ਅਸੀਂ ਮਨਾ ਕਰਨ ਗਏ ਹਾਂ, ਦੋ ਵਾਰ ਮਨਾ ਕਰਕੇ ਆਏ ਹਾਂ ਅਤੇ ਅਸੀਂ ਨਾਲ ਦਿਆਂ ਨੂੰ ਬੋਲਣ ਗਏ ਹਾਂ ਗੁਆਂਢੀਆਂ ਨੂੰ ਕਿ ਆਂਟੀ ਜੀ ਇਹਨਾਂ ਨੂੰ ਸਮਝਾਓ ਅਤੇ ਹਟਦੇ ਨਹੀਂ ਪਏ। ਅਤੇ ਉਹ ਬੰਦੇ ਫਿਰ ਉਹ ਇੰਨੇ 'ਚ ਨਾ ਉਹ ਗੱਡੀਆਂ ਲੈ ਕੇ ਆ ਗਏ ਹਥਿਆਰ ਹਥਿਆਰ ਫੜ ਕੇ ਅਤੇ ਮੈਨੂੰ ਅਤੇ ਮੇਰੇ ਘਰਵਾਲੇ ਨੂੰ ਮਾਰਨ ਲਈ। ਅਤੇ ਇੰਨੇ 'ਚ ਮੈਂ ਆਪਣੇ ਘਰਵਾਲੇ ਨੂੰ ਕਮਰੇ 'ਚ ਲੌਕ ਕਰਤਾ, ਮੈਂ ਅੱਗੇ ਚਲੀ ਗਈ ਅਤੇ ਉਹਨਾਂ ਨੇ ਮੈਨੂੰ ਖਿੱਚਿਆ, ਮੇਰੇ ਬਾਲ ਪੁੱਟੇ, ਮੇਰੇ ਇੱਟਾਂ ਮਾਰੀਆਂ, ਲੱਤਾਂ ਮਾਰੀਆਂ, ਸਾਰੇ ਸਰੀਆ ਮਾਰੇ ਮੇਰੇ ਪਿੱਠ 'ਤੇ। ਰਜਨੀ ਸ਼ਰਮਾ ਅਤੇ ਕਪਿਲ ਸ਼ਰਮਾ, ਅਰਿਣ ਸ਼ਰਮਾ, ਪ੍ਰੀਤਮ ਨਗਰ ਹੱਬੋਵਾਲ। ਅੱਜ ਸਵੇਰੇ 12 ਵਜੇ ਹਾਂਜੀ ਸ਼ਟਰਿੰਗ ਦਾ ਅਸੀਂ ਕਹਿ ਰਹੇ ਸੀ ਬੰਦ ਕਰ ਦਿਓ, ਮੇਰੇ ਬੱਚੇ ਡਿਸਟਰਬ ਹੋ ਰਹੇ ਆ। ਹਥਿਆਰ ਸਰੀਆ ਲੈ ਕੇ ਆਏ ਸੀ, ਇੱਕ ਨੇ ਇੱਟ ਮਾਰੀ ਹੈ, ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਤਲਬ ਮੈਨੂੰ ਹੁੱਦ 'ਚ ਸਿੱਟਿਆ ਗਿਆ ਅਤੇ ਇੱਕ ਬੰਦੇ ਨੇ ਇੱਟ ਲਾ ਕੇ ਮੈਨੂੰ ਪੁੱਠਾ ਮਾਰ ਸਿੱਟਤਾ। ਅਸੀਂ ਇਹ ਮੰਗ ਕਰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਦਾ ਕੰਮ ਬੰਦ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ। ਅਤੇ ਮੇਰੇ ਘਰ ਦੇ ਬਿਲਕੁਲ ਨਾਲ ਕੰਧ ਨਾ ਕੰਧ ਸਾਂਝੀ ਹੈ, ਬੰਦਾ ਸਟੀਲ ਦੀ ਸ਼ਟਰਿੰਗ ਦਾ ਕੰਮ ਕਰਦਾ, ਲੋਹੇ ਦੀ ਸ਼ਟਰਿੰਗ ਦਾ ਲਿਖਿਆ ਉਹਨੇ, ਸਟੀਲ ਦੀ ਸ਼ਟਰਿੰਗ ਹੋਈ ਹੈ ਬਟ ਕਰਦਾ ਲੋਹੇ ਦੀ ਸ਼ਟਰਿੰਗ ਦਾ ਕੰਮ ਹੈ। ਅਤੇ ਉਹ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਟਕ ਟਕ ਕਰਨੀ, ਸਾਨੂੰ ਉਹਨੂੰ 8-9 ਸਾਲ ਹੋ ਗਏ ਆ ਰੋਕਦੇ ਨੂੰ ਅਤੇ ਉਹ ਬੰਦਾ ਰੁਕਦਾ ਨਹੀਂ। ਉਹ ਸਾਨੂੰ ਸਾਫ਼ ਕਹਿੰਦਾ ਹੈ ਕਿ ਭਾਈ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਹੋ, ਠੀਕ ਹੈ ਮੈਂ ਤੈਨੂੰ ਚਿੱਟੇ ਦੇ ਕੇਸ ਦੇ ਅੰਦਰ ਕਰਾ ਦੂੰਗਾ। ਮੈਨੂੰ ਬਹੁਤ ਧਮਕੀਆਂ ਦਿੱਤੀਆਂ ਜਾਂਦੀਆਂ ਅਤੇ ਮੇਰਾ 12 ਸਤੰਬਰ 2021 ਨੂੰ ਇਸ ਚੀਜ਼ ਨੂੰ ਉਹਨਾਂ ਨੇ ਮਰਡਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, 4-5 ਜਣਿਆਂ ਨੇ ਕੰਮ 'ਤੇ ਮੈਨੂੰ ਰਾਸਤੇ 'ਚ ਘੇਰ ਕੇ। ਅਤੇ ਮੈਂ ਉਸ ਟਾਈਮ ਵੀ ਪੁਲਿਸ ਕੋਲ ਗਿਆ ਸੀ, ਪਰਚਾ ਕਟਾਇਆ ਸੀ, ਪੁਲਿਸ ਕਮਿਸ਼ਨਰ ਸਾਹਿਬ ਕੋਲ ਵੀ ਗਿਆ ਸੀਗਾ ਕਿ ਮੇਰਾ ਸਰ ਕੋਈ ਹੱਲ ਕੀਤਾ ਜਾਵੇ ਇਸ ਚੀਜ਼ ਦਾ। ਅਤੇ ਉਹ ਇਸ ਕਰਕੇ ਹੀ ਪੁਲਿਸ ਨੂੰ ਪਤਾ ਨਹੀਂ ਕੀ ਕਰਦਾ, ਆਪਣੀ ਸਪੋਰਟ ਦਿਖਾਉਂਦਾ, ਪੈਸੇ ਦੀ ਸਪੋਰਟ ਦਿਖਾਉਂਦਾ, ਸਾਨੂੰ ਇਸ ਮੈਟਰ ਦਾ ਨਹੀਂ ਪਤਾ। ਬਟ ਪੁਲਿਸ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਕਰਦੀ। ਸਾਨੂੰ ਇਹ ਹੈ ਅੱਜ ਫਿਰ ਸਾਡੇ ਨਾਲ ਉਹੀ ਚੀਜ਼ ਹੋਈ ਹੈ, ਵਾਈਫ ਕਹਿਣ ਗਈ ਹੈ ਕਿ ਸਰ ਅੰਕਲ ਤੁਸੀਂ ਸਮਝਦਾਰ ਹੈਗੇ ਹੋ, 65-70 ਸਾਲ ਦੇ ਹੈਗੇ ਹੋ ਬਜ਼ੁਰਗ, ਅਤੇ ਤੁਸੀਂ ਆਪਣਾ ਕੰਮ ਘੱਟ ਹੌਲੀ ਕਰ ਲਓ ਸ਼ਟਰਿੰਗ ਦਾ, ਮੇਰਾ ਬੱਚਾ ਸੁੱਤਾ ਹੋਇਆ। ਅਤੇ ਉਹ ਬੰਦੇ ਨੇ ਸਾਫ਼ ਇੰਨੀ ਜਿਹੀ ਗੱਲ ਕਹਿਣ 'ਤੇ ਹੀ ਆਪਣੇ 4-6-7 ਜਣੇ ਬੰਦੇ ਬੁਲਾ ਲਏ, 2 ਗੱਡੀਆਂ ਦੇ ਵਿੱਚ ਹਥਿਆਰ ਸੰਬੰਧੀ ਹਥਿਆਰ ਨਾਲ ਲੈ ਕੇ ਆਏ ਆ, ਦਾਤ, ਕਿਰਪਾਨਾਂ, ਲੋਹੇ ਦੀਆਂ ਰਾਡਾਂ, ਠੀਕ ਹੈ ਜੀ, ਇੱਟਾਂ, ਠੀਕ ਹੈ ਜੀ। ਅਤੇ ਅਸੀਂ ਸਾਡੇ ਉੱਪਰ ਹਮਲਾ ਹੋਇਆ, ਮੇਰੀ ਵਾਈਫ 'ਤੇ ਹੋਇਆ, ਮੇਰੀ ਵਾਈਫ ਨੇ ਮੈਨੂੰ ਕਮਰੇ ਦੇ ਅੰਦਰ ਬੰਦ ਕਰਤਾ ਸੀ ਅਤੇ ਵਾਈਫ ਮੇਰੀ ਗੱਲ ਕਰਨ ਲਈ ਥੱਲੇ ਚਲੇ ਗਈ, ਇੰਨੇ ਨੂੰ ਵਾਈਫ 'ਤੇ ਹਮਲਾ ਕਰਤਾ ਉਹਨਾਂ ਨੇ 5-6 ਜਣਿਆਂ ਨੇ। ਨਹੀਂ ਉਹਨਾਂ ਕੋਲ ਸਰ ਕੋਈ ਰੈਜੀਡੈਂਸ ਏਰੀਆ ਪੈਂਦਾ, ਕਮਰਸ਼ੀਅਲ ਕੰਮ ਕਰ ਰਿਹਾ, ਉਹਦੇ ਕੋਲ ਕੋਈ
ਕੋਈ ਚੀਜ਼ ਦੀ ਹੈ ਨਹੀਂ, ਇਸ ਚੀਜ਼ ਦੀ ਪਰਮਿਸ਼ਨ ਹੈ ਨਹੀਂ, ਬਟ ਉਹ ਫਿਰ ਵੀ ਕਰਦਾ, ਉਹ ਇਹੀ ਸਾਨੂੰ ਧੌਂਸ ਦਿੰਦਾ ਕਿ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਹੋ, ਮੇਰੇ ਪੁਲਿਸ ਮੇਰੇ ਅੰਡਰ ਹੈ, ਠੀਕ ਹੈ, ਕਾਰਪੋਰੇਸ਼ਨ ਮੇਰੇ ਅੰਡਰ ਹੈ, ਸਾਰਾ ਕੁਛ ਮੇਰੇ ਅੰਡਰ ਹੈ, ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਹੋ। ਅਤੇ ਸਾਨੂੰ ਇਹੀ ਹੈ, ਸਾਨੂੰ ਪੁਲਿਸ ਵੱਲੋਂ ਇਨਸਾਫ ਚਾਹੀਦਾ ਹੈ ਕਿ ਭਾਈ ਸਾਡੇ ਨਾਲ ਮਾਰ ਕੁੱਟ ਹੋਈ ਹੈ, ਜਿਹੜਾ ਪਹਿਲਾ ਪਰਚਾ ਸੀਗਾ ਉਹ ਵੀ ਇੱਥੇ ਦਰਜ ਕੀਤਾ ਜਾਵੇ, ਅਤੇ ਇਹ ਜਿਹੜਾ ਹੁਣ ਹੋਇਆ ਇਹ ਵੀ ਪਰਚਾ ਇੱਥੇ ਦਰਜ ਕੀਤਾ ਜਾਵੇ, ਤਾਂ ਕਿ ਸਾਨੂੰ ਇਨਸਾਫ ਮਿਲੇ ਅਤੇ ਇਹੋ ਜਿਹੇ ਬੰਦਿਆਂ ਨੂੰ, ਗੁਨਾਹਗਾਰਾਂ ਨੂੰ ਪਤਾ ਚੱਲੇ ਕਿ ਕਾਨੂੰਨ ਤੋੜਨਾ ਕੀ ਹੁੰਦਾ। ਮੰਗ ਇਹੀ ਹੈ ਜੀ ਸਾਡੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਠੀਕ ਹੈ ਜੀ। ਮੇਰੀ ਵਾਈਫ 'ਤੇ ਹਮਲਾ ਹੋਇਆ ਆ, ਕੱਲ੍ਹ ਨੂੰ ਮੇਰੇ 'ਤੇ ਵੀ ਦੁਬਾਰਾ ਹੋ ਸਕਦਾ ਆ ਸ਼ੂਟ, ਸਾਨੂੰ ਵੀਡੀਓ ਦੇ ਵਿੱਚ ਧਮਕੀਆਂ ਦੇ ਰਹੇ ਨੇ ਕਿ ਤੈਨੂੰ ਮਾਰ ਦੇਣਾ ਆ, ਇਹ ਕਰ ਦੇਣਾ, ਥੱਲੇ ਆ, ਇੱਕ ਪਿਓ ਦਾ ਹੈਗਾ, ਤਾਂ ਇਹ ਸਾਰਾ। ਹਾਂਜੀ, ਮੇਰੇ ਕੋਲ ਵੀਡੀਓ ਹੈਗੀ ਹੈ ਜੀ, ਉਹਦੀ ਸਾਰੀ ਮੈਂ ਵੀਡੀਓ ਬਣਾਈ ਹੈ, ਮੇਰੀ ਵਾਈਫ ਨੂੰ ਕੁੱਟਦੇ ਹੋਏ ਸਾਰਾ ਕੁਛ ਦੇਖਿਆ ਉਹ 'ਚ ਹੈਗਾ ਜੀ ਵੀਡੀਓ 'ਚ।